ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜੇ ਵਿਦਿਆਰਥੀ ਐਗਜ਼ਾਮ ਦੇਣਾ ਚਾਹੁੰਦੇ ਨੇ ਬੀਐਡ ਐਡੀਸ਼ਨਲ ਦੇ ਜਾਂ ਬੀਏ ਐਡੀਸ਼ਨਲ ਦੇ ਉਹਨਾਂ ਦੀ ਪ੍ਰੀਖਿਆ ਦੀ ਡੇਟ ਫਾਰਮ ਫਿਲ ਕਰਨ ਦੀ ਡੇਟ ਜਿਹੜੀ ਹੈ ਉਸ ਵਿੱਚ ਵਾਅਦਾ ਕੀਤਾ ਗਿਆ ਹੈ ਪਹਿਲਾਂ ਵੀ ਇਹ ਵਾਅਦਾ ਕੀਤਾ ਗਿਆ ਸੀ 22 ਇਹ 10 2023 ਤੱਕ ਇਸ ਨੋਟਿਸ ਨੂੰ ਜਾਣ ਲੈਣਾ ਚਾਹੀਦਾ ਹੈ 19 10 2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੰਟਰੋਲਰ ਪਿਠਿਆਵਾ ਦਫਤਰ ਵੱਲੋਂ ਜਾਰੀ ਕੀਤਾ ਗਿਆ ਹੈ ਕੰਟਰੋਲਰ ਦਫਤਰ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ ਪੱਤਰ ਨੰਬਰ ਡੈਸ਼ ਮਿਤੀ 30 9 2023 ਦੀ ਲਗਾਤਾਰਤਾ ਦੇ ਸੰਬੰਧ ਵਿੱਚ ਸੈਸ਼ਨ ਦਸੰਬਰ 2023 ਵਿਦਿਆਸ Minister ਪ੍ਰੀਖਿਆਵਾਂ ਦੇ ਅੰਡਰ ਗ੍ਰੈਜੂਏਟ ਨੰਬਰ 1 ਪੋਸਟ ਗ੍ਰੈਜੂਏਟ ਨੰਬਰ 2 ਪ੍ਰਾਈਵੇਟ ਵੀ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀ ਤੇ ਰੀ ਅਪੀਅਰ ਬੀਐਡ ਐਡੀਸ਼ਨਲ ਦੇ ਸਾਰੇ ਕੋਰਸਾਂ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਵਾਨ ਦੀ ਆਖਰੀ ਮਿਤੀ 22/10/2023 ਨਿਰਧਾਰਿਤ ਕੀਤੀ ਗਈ ਸੀ ਇਹ ਮਿਤੀ ਹੁਣ ਤੋਂ ਪਹਿਲਾਂ ਜਿਹੜੀ ਲਾਸਟ ਡੇਟ ਨਿਕਲ ਗਈ ਹੈ ਉਹ ਸੀ ਉਹ ਨੂੰ ਵਾਧਾ ਕੇ ਮਿਤੀ 31 10 2023 ਤੱਕ ਬਿਨਾ ਲੇਟ ਫੀਸ ਵਾਧਾ ਕੀਤਾ ਗਿਆ ਹੈ ਸੋ ਹੁਣ ਇਹ 31 10 2023 ਤੱਕ ਫੀਸ ਜਿਹੜੀ ਹੈ ਪ੍ਰੀਖਿਆ ਡੇਟ ਵੱਧ ਚੁੱਕੀ ਹੈ ਜਿਹੜੇ ਵਿਦਿਆਰਥੀ ਬੀਐਡ ਦਾ ਗ੍ਰੈਜੂਏਸ਼ਨ ਦਾ ਜਿਹੜਾ ਐਡੀਸ਼ਨਲ ਪੇਪਰ ਹੈ ਉਹ ਦੇਣਾ ਚਾਹੁੰਦੇ ਨੇ ਸੋ ਬਿਨਾ ਲੇਟ ਫੀਸ ਤੋਂ 31 10 ਤੱਕ 2023 ਤੱਕ ਫਾਰਮ ਫਿਲ ਕਰ ਸਕਦੇ ਨੇ ਇਸ ਦੇ ਰਿਗਾਰਡਿੰਗ ਆਲਰੇਡੀ ਵੀਡੀਓ ਜਿਹੜੀਆਂ ਨੇ ਪਾਈਆਂ ਜਾ ਚੁੱਕੀਆਂ ਨੇ ਕੁਝ ਵੀਡੀਓ ਦੇ ਵਿੱਚ ਡਿਲੇ ਆ ਰਹੀ ਹੈ ਉਹਦੇ ਕਾਰਨ ਮਾਫੀ ਮੰਗ ਰਿਆ ਹਾਂ ਜਲਦੀ ਆ ਰਿਆਂ ਹਾਂ ਤੁਹਾਡੇ ਕੋ ਕੁਝ ਵੀਡੀਓ ਲੈ ਕੇ ਹਰ ਤਰ੍ਹਾਂ ਦੀਆਂ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਸੋ ਇਹ ਉਹ ਵਿਦਿਆਰਥੀ ਜਿਹੜੇ ਫਿਲ ਕਰਨਾ ਚਾਹੁੰਦੇ ਨੇ ਐਡੀਸ਼ਨਲ ਫਾਰਮ ਉਹ ਫਿਲ ਕਰ ਸਕਦੇ ਨੇ ਨਾਲ ਹੀ ਰੀ ਅਪੀਅਰ ਆਰ ਜਿਹੜੇ ਨੇ ਡਿਸਟੈਂਸ এডਿਕੇਸ਼ਨ ਦੇ ਪ੍ਰਾਈਵੇਟ ਵੀ इवन ਪੋਸਟ ਗ੍ਰੈਜੂਏਟ ਦੇ ਵੀ ਵਿਦਿਆਰਥੀ ਇਹ ਡੇਟ ਨੂੰ ਨੋਟ ਕਰਕੇ ਆਪਣੇ ਅਕੋਰਡਿੰਗਲੀ ਫਾਰਮ ਫਿਲ ਕਰ ਸਕਦੇ ਨੇ ਥੈਂਕ ਯੂ